ਸਤਿ ਸ਼੍ਰੀ ਅਕਾਲ ਪੀਐਨਸੀਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਕੁਝ ਜਾਣਕਾਰੀ ਲੈ ਕੇ ਆਏ ਹਾਂ ਵੱਖ-ਵੱਖਰੇ ਮੁੱਦਿਆਂ ਦੇ ਉੱਤੇ ਕਈ ਸਵਾਲ ਅਸੀਂ ਐਮਪੀ ਰੰਦੀਪ ਸਰਾਏ ਨੂੰ ਪੁੱਛੇ ਨੇ ਜਿਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਵੀ ਅਸੀਂ ਸਵਾਲ ਪੁੱਛੇ ਨੇ ਪਰ ਜੋ ਕਿਊਬੈਕ ਨੂੰ ਲੈ ਕੇ ਸਵਾਲ ਨੇ ਉਹ ਕਿਊਬੈਕ ਦੇ ਜੋ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਹੀ ਜਵਾਬ ਦਿੱਤੇ ਜਾ ਸਕਦੇ ਨੇ ਕਿਉਂਕਿ ਕਿਊਬੈਕ ਦੇ ਵਿੱਚ ਇਮੀਗ੍ਰੇਸ਼ਨ ਨਾਲ ਸੰਬੰਧਿਤ ਵੀ ਤੇ ਹੋਰ ਵੀ ਕਾਨੂੰਨ ਬਾਕੀ ਕੈਨੇਡਾ ਦੇ ਨਾਲੋਂ ਵੱਖਰੇ ਨੇ ਤੁਸੀਂ ਜਿਉਂ ਤੇ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਯੂਬਿਕ ਵਿੱਚ ਜੋ ਇੰਟਰਨੈਸ਼ਨਲ ਸਟੂਡੈਂਟਸ ਦੇ ਸਵਾਲ ਨੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਜਵਾਬ ਅਧਿਕਾਰੀਆਂ ਦੇ ਵੱਲੋਂ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਜੋ ਇਸ ਸਮੇਂ ਐਮਪੀ ਰਦੀਪ ਸਰਾਏ ਤੋਂ ਅਸੀਂ ਕੈਨੇਡਾ ਦੇ ਹੋਰ ਮੁੱਦਿਆਂ ਦੇ ਬਾਰੇ ਤੇ ਕੈਨੇਡਾ ਵਿੱਚ ਜੋ ਪ੍ਰਵਾਸੀ ਕਾਮੇ ਨੇ ਤੇ ਪੀਆਰ ਦੇ ਵਾਸਤੇ ਜੋ ਫਾਈਲਾਂ ਦੀ ਉਡੀਕ ਕਰ ਰਹੇ ਨੇ ਇਸ ਦੇ ਨਾਲ ਹੀ ਸਪੌਸਲ ਵਰਕ ਪਰਮਿਟ ਜਿਨ੍ਹਾਂ ਨੇ ਲਾਏ ਹੋਏ ਨੇ ਉਹਨਾਂ ਦੇ ਵੱਲੋਂ ਡੀਕ ਕੀਤੀ ਜਾ ਰਹੀ ਹੈ ਉਸ ਨਾਲ ਸੰਬੰਧਿਤ ਵੀ ਅਸੀਂ ਸਵਾਲ ਪੁੱਛੇ ਨੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕੀ ਕੁਝ ਕਿਹਾ ਸਤਿ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਪੀਐਨਸੀ ਅੰਦਰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਤੇ ਸਭ ਤੋਂ ਪਹਿਲਾਂ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅੱਜ ਜਿਹੜੇ ਆ ਗੱਲਾਂ ਕਰੀਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਉਸ ਦੇ ਵਿੱਚ ਉਹਨਾਂ ਜੋ ਐਲਾਨ ਵੀ ਕੀਤਾ ਹੈ ਤੇ ਖਾਸ ਤੌਰ ਦੇ ਉਤੇ ਜੋ ਹੁਣ ਸਿਹਤ ਵਿਭਾਗ ਨੇ ਇਸ ਦੇ ਉੱਤੇ ਫੈਸਲਾ ਲੈ ਕੇ ਐਸਟਰਾਜੈਨਿਕਾ ਦੇ ਟੀਕੇ ਨੇ ਜਿਹੜੇ ਉਹ 55 ਸਾਲ ਦੀ ਉਮਰ ਤੋਂ ਉੱਪਰ ਵਾਲਿਆਂ ਨੂੰ ਹਜੇ ਨਹੀਂ ਲਗਾਏ ਜਾਣਗੇ ਉਸ ਬਾਰੇ ਦੱਸਦੇ ਆ। ਦੇਖੋ ਸੋ ਫਾਰ ਕੈਨੇਡਾ ਦੇ ਵਿੱਚ ਜਿੱਤੇ ਵੀ ਐਸਟਰਾਜੈਨਿਕਾ ਜਣੀ ਯੂਜ਼ ਕੀਤਾ ਕੋਈ ਵੀ ਸਾਈਡ ਇਫੈਕਟ ਰਹਾ ਖਾਸ ਕਰਕੇ ਜਿਹੜਾ ਇਹ ਬਲੱਡ ਕਲੋਟਿੰਗ ਦੀ ਇਸ਼ੂ ਹੈਗਾ ਬਿਲਕੁਲ ਨਹੀਂ ਹੋਇਆ। ਹਾਊਏਵਰ ਪ੍ਰਕਾਸ਼ਨ ਲੈਂਦੇ ਆ ਕਿਉਂਕਿ ਉਹ ਡਾਟਾ ਯੂਰਪ ਦਾ ਵੀ ਦੇਖਦੇ ਆ ਉਹਦੇ ਅਨਸਾਰ ਉਹਨੇ 55 ਤੋਂ ਅੰਦਰ ਉਹਨਾਂ ਚ ਚ ਸਸਪੈਂਡ ਕੀਤਾ ਕਿ ਅਸੀਂ ਦੇਖ ਲਈਏ ਕਿ ਉਹ ਉਹ ਪ੍ਰੋਬਲਮ ਤਾਂ ਨਹੀਂ ਨਿਕਲਦੀ ਪਰ ਆਪਾਂ ਯੂਐਸ ਚ ਵੀ ਦੇਖਿਆ 38000 ਦੀ ਸਟੱਡੀ ਉੱਥੇ ਹੋਈ ਉਹਨਾਂ ਵਿੱਚ ਵੀ ਨਹੀਂ ਨਿਕਲਿਆ ਇਹ ਕੋਈ ਰੇਅਰ ਇਸ਼ੂ ਹੈਗਾ ਜਿਹੜਾ ਕਿ ਖਾਸ ਕਰਕੇ ਯੂਰਪ ਦੇ ਵਿੱਚ ਨਿਕਲਿਆ ਪਰ ਜਿਹੜਾ ਕੈਨੇਡੀਅਨ ਬੈਚ ਆਇਆ ਉਹਨਾਂ ਦੇ ਵਿੱਚ ਨਹੀਂ ਆ ਪਰ ਫਿਰ ਵੀ ਆਰ ਅਬੰਡਨਸ ਆਫ ਪ੍ਰੋਕਾਸ਼ਨ ਉਹਨੇ ਆਪਣਾ ਫਰਜ਼ ਸਮਝਿਆ ਹੈਲਥ ਅਥਾਰਟੀ ਐਸ ਦੇ ਸੁਣਦਿਆਂ ਹੋਇਆ ਕਿ ਅਸੀਂ ਉਹਨਾਂ ਚਰ ਜਿਹੜੇ ਛੋਟੇ 55 ਤੋਂ ਉੱਪਰ ਦੇ ਕਿਸੇ ਨੂੰ ਇਹ ਸਿੰਪਟਮ ਜਾਂ ਪ੍ਰੋਬਲਮ ਨਹੀਂ ਆਈ ਉਹਨਾਂ ਤੋਂ ਯੰਗਰ ਨੂੰ ਆਈ ਸੋ ਇਸ ਕਰਕੇ ਨਹੀਂ ਉਹਨਾਂ ਨੂੰ ਉਹਨਾਂ ਚਰ ਹਾਲਟ ਕੀਤਾ ਗਿਆ ਇਸ ਤੋਂ ਸਵਾਲੇ ਉੱਠ ਰਹੇ ਨੇ ਕਿ ਜੋ 55 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਜੇ ਰਿਸਕ ਹੋ ਸਕਦਾ ਹੈ ਤਾਂ ਹੀ ਉਹਦੇ ਉੱਤੇ ਫੈਸਲਾ ਲਿਆ ਗਿਆ ਤਾਂ ਉਸ ਦੀ ਉਮਰ ਤੋਂ ਜ਼ਿਆਦਾ ਵਾਲਿਆਂ ਵਾਸਤੇ ਵੀ ਤਾਂ ਹੋ ਸਕਦਾ ਹੈ ਅਨਹੀਂ ਉਸ ਉਹਨਾਂ ਨੂੰ ਉਸ ਡਾਟਾ ਦੇ ਨਾਲ ਕਰਦੇ ਆ ਸੋ ਜੋ ਯੂਰੋਪੀਅਨ ਤੋਂ ਡਾਟਾ ਆਇਆ ਯੂਰਪ ਤੋਂ ਸੋ far ਉਹਦੇ ਵਿੱਚ ਕੋ 55 ਤੋਂ ਉੱਪਰ ਨੂੰ ਕਿਸੇ ਨੂੰ ਹੋਇਆ ਨਹੀਂ ਜਿਹਨੇ ਐਸਟੋਜਨ ਕਰ ਲਿਆ ਮੇਰੀ ਨੌਲੇਜ ਦੇ ਅਨਸਾਰ ਤੇ ਜਿਹੜੇ ਥੱਲੇ ਵਾਲਿਆਂ ਨੂੰ ਵੀ ਹੋਇਆ ਆ ਬਹੁਤ ਰੇਅਰ ਆ ਫੇ ਵੀ 1 in 100000 ਦੇ ਵਿੱਚ ਹੋਇਆ ਕੇਸ ਜਿਹੜੇ ਹੈਗੇ ਸੋ ਕੈਨੇਡਾ ਦੇ ਵਿੱਚ ਆਲਰੇਡੀ ਮਿਲੀਅਨਸ ਉਹ ਹੰਡਰਡਸ ਆਫ ਥਾਊਜ਼ੈਂਡਸ ਆਫ ਦੋਸੇਜ ਹੋ ਚੁੱਕੇ ਹੈ ਜੇ ਕੈਨੇਡਾ ਦੇ ਵਿੱਚ ਜ਼ੀਰੋ ਸਿੰਪਟਮਸ ਸੋ ਆਊਟ ਆਫ ਅ ਅਬੰਡੈਂਸ ਆਫ ਪ੍ਰਕਾਸ਼ਨ ਜਿਨਾਂ ਚਿਰ ਉਹ ਉਹਨੂੰ ਵੈਲੀਡੇਟ ਨਹੀਂ ਕਰਦੇ ਡਾਟਾ ਉਹਨਾਂ ਚਿਰ ਨਹੀਂ ਉਹ ਤੇ ਫਿਰ ਹੁਣ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਨੇ ਜੋ ਤਾਜ਼ਾ ਅੰਕੜੇ ਵੀ ਜਾਰੀ ਕੀਤੇ ਸੀ ਕਿ ਟਰੈਵਲਰਸ ਦੀ ਗਿਣਤੀ ਹੈ ਜੋ ਇੰਟਰਨੈਸ਼ਨਲ ਯਾਤਰੀ ਨੇ ਜੋ ਇਹ ਹਦਾਇਤਾਂ ਲਾਈਆਂ ਨੇ ਉਸ ਤੋਂ ਬਾਅਦ ਕਾਫੀ ਘਟ ਗਈ ਹੈ ਪਹਿਲਾਂ ਨਾਲੋਂ ਤਾਂ ਉਧਰ ਦੂਜੇ ਪਾਸੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਜੋ ਕਾਲਜ ਤੇ ਯੂਨੀਵਰਸਿਟੀ ਐਸੋਸੀਏਸ਼ਨਸ ਹੈ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਛੋਟ ਦਿੱਤੀ ਜਾਵੇ ਕਿਉਂਕਿ ਉਹ ਇਸ ਕਰਕੇ ਨਹੀਂ ਆ پا ਰਹੇ ਹੋਟਲ ਕੁਆਰੰਟੀਨ ਦਾ ਵੀ ਖਰਚਾ ਤੇ ਉਹਨਾਂ ਦੇ ਵਾਸਤੇ ਵਿੱਤੀ ਬੋਝ ਜ਼ਿਆਦਾ ਪੈ ਰਿਹਾ ਹੈ ਤਾਂ ਤੁਸੀਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸ਼ੁਰੂ ਦੇਖੋ ਐਸੀ ਕੋਈ ਬਹੁਤ ਜਾਣ ਕੇ ਨਹੀਂ ਪਾਉਣਾ ਚਾਹੁੰਦੇ ਇਹ ਮਜਬੂਰੀ ਕਰਕੇ ਹੈਗਾ ਜਿਹੜੇ ਫੋਰਨ ਵੇਰੀਐਂਟਸ ਆ ਉਹ ਹੀ ਜ਼ਿਆਦਾ ਇੱਥੇ ਆ ਕੇ ਵਾਇਰਸ ਸਪਰੈਡ ਹੋ ਰਹੀ ਆ ਜੋ ਬਿਸਟਰ ਦੀ ਕੱਲ ਦੀ ਨਿਊਜ਼ ਸੀਗੀ ਉੱਥੇ ਜਿਹੜਾ B1 ਮੈਰੀਕਾ ਵੇਰੀਐਂਟ ਹੈਗਾ ਬ੍ਰਾਜ਼ੀਲ ਦਾ ਉਹ 60% ਉੱਥੇ ਕੇਸ ਹੋਣ ਲੱਗ ਪਿਆ ਯੂਕੇ ਦਾ ਵੇਰੀਐਂਟ ਕਹਿੰਦੇ ਤਕਰੀਬਨ ਲੋਰ ਮੇਨਲੈਂਡ ਦੇ 90% ਕੇਸਸ ਉਹ ਵੇਰੀਐਂਟ ਦੇ ਨਾਲ ਆਇਆ ਸੋ ਸਾਊਥ ਅਫਰੀਕਾ ਦਾ ਵੇਰੀਐਂਟ ਵੀ ਆ ਗਿਆ ਇਹ ਸਾਰੇ ਬਾਹਰੋਂ ਆਉਂਦੇ ਆ ਜਦੋਂ ਸੋ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਐਸਐਨਓ ਇੱਕ ਕਵਾਰਨਟਾਈਨ ਦਾ ਮੈਜਰ ਜਿਹੜਾ ਰੱਖਣਾ ਪੈਂਦਾ ਮੈਂ ਅੱਗੇ ਵੀ ਇੱਕ ਵਾਰੀ ਐਗਜ਼ਾਮਪਲ ਦਿੰਦਾ ਕਿ ਸੇਮ ਟਾਈਮ ਤੇ ਕੈਨੇਡਾ ਚ ਕੋ ਆਇਆ ਤੇ ਉਧਰ ਯੂਐਸ ਚਾ ਯੂਐਸ ਤੇ ਵੀ ਉਹ ਟੈਸਟ ਕਰਕੇ ਆਏ ਪਰ ਉਹਨਾਂ ਦੀ ਕੁਆਰੰਟਾਈਨ ਰਿਕੁਆਇਰਮੈਂਟ ਨਹੀਂ ਪਰ ਉਹ ਟੈਸਟ ਤੋਂ ਬਾਅਦ ਉਹਨਾਂ ਨੂੰ ਕੋਵਿਡ ਇੰਡੀਆ ਤੋਂ ਲੱਗ ਗਿਆ ਫਿਰ ਉਹ ਆਇਆ ਉਹ ਦੇਖੋ ਕਿੰਨੇ ਲੋਕਾਂ ਨੂੰ ਉਹ ਨਹੀਂ ਇਨਫੈਕਟ ਕੀਤਾ ਜਿੰਨਾ ਚਿਰ ਉਹ ਲੈਂਡ ਨਹੀਂ ਕੀਤਾ ਸ਼ਿਕਾਗੋ ਤੋਂ ਆਪਣੇ ਘਰ ਤੱਕ ਨਹੀਂ ਆਏ ਸੋ ਅਸੀਂ ਉਹ ਨਹੀਂ ਚਾਹੁੰਦੇ ਇੱਥੇ ਕਿਉਂਕਿ ਨਵੇਂ ਵੇਰੀਐਂਟ ਨੂੰ ਕੰਟਰੋਲ ਕਰਨਾ ਬਹੁਤ ਹਾਰਡ ਹੈ ਇਸੇ ਕਰਕੇ ਉਹ ਵੇਰੀਐਂਟਾਂ ਕਰਕੇ ਹੁਣ ਰੈਸਟੋਰੈਂਟ ਵੀ ਬੰਦ ਕੀਤੇ ਗਏ ਆ ਬੀਸੀ ਗਵਰਨਮੈਂਟ ਨੇ ਐ ਕਨਵਰਸ ਦੇ ਸਾਨੂੰ ਇੱਕ ਕੰਡੀਸ਼ਨ ਪਾਉਣੀ ਪਈਆਂ ਉਹਦਾ ਸਟੂਡੈਂਟਾਂ ਵਾਸਤੇ ਗੰਜਾਇਸ਼ ਦਿੱਤੀ ਗਈ ਕਿ ਉਹ ਆਨਲਾਈਨ ਲਰਨਿੰਗ ਈਵਨ ਭਾਰਤ ਤੋਂ ਜਾਂ ਜਿੱਥੇ ਵੀ ਹੈਗੇ ਉੱਥੇ ਹੀ ਉਹ ਬੈਠ ਕੇ ਕਰ ਸਕਦੇ ਉਹਨਾਂ ਨੂੰ ਕੈਨੇਡੀਅਨ ਕਨਸੀਡਰੇਸ਼ਨ ਦਿੱਤੀ ਜਾਊਗੀ ਜੇ ਉਹ ਕੈਨੇਡੀਅਨ ਸਕੂਲ ਦੇ ਨਾਲ ਆਨਲਾਈਨ ਲਰਨਿੰਗ ਕਰ ਰਿਹਾ ਹੈ ਤੇ ਫਿਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੱਲ ਜੀ ਯੂਨ ਦਵਲੋਂ ਜਿਹੜੀ ਮੀਟਿੰਗ ਦੇ ਵਿੱਚ ਹਿੱਸਾ ਲਿਆ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਹਿਊਮਨ ਰਾਈਟਸ ਨੂੰ ਲੈ ਕੇ ਚੀਨ ਦੇ ਬਾਰੇ ਗੱਲ ਕੀਤੀ ਸੀ ਤਾਂ ਉਸ ਤੋਂ ਬਾਅਦ ਹੁਣ ਚੀਨ ਤੋਂ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਕੁਝ ਅਜਿਹੇ ਬਿਆਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਜਿਵੇਂ ਕਿ ਕਾਉਂਸਲ ਜਨਰਲ ਬ੍ਰਾਜ਼ੀਲ ਤੋਂ ਚੀਨ ਦੇ ਵਿੱਚ ਉਹਨਾਂ ਨੇ ਭਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ ਜਸਟਨ ਟਰੂਡੋ ਲਈ ਤਾਂ ਫਿਰ ਉਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਬਹੁਤ ਗਲਤ ਹੈ ਜੇ ਜਿਹੜੀ ਸ਼ਬਦਾਵਲੀ ਵਰਤ ਰਿਹਾ ਹੈ ਸਾਨੂੰ ਸਾਰਿਆਂ ਨੂੰ ਪਤਾ ਜੋ ਚੀਨ ਇਸ ਵੇਲੇ ਕਰ ਰਿਹਾ ਖਾਸ ਕਰਕੇ উইਗ ਉਹਨਾਂ ਕਾਂਸੈਂਟਰੇਸ਼ਨ ਕੈਂਪ ਕੀਤੇ ਉਤੇ ਫੋਰਸ ਟ੍ਰੇਨਿੰਗ ਕਰ ਰਹਾ ਸੈਕਸ਼ੂਅਲ ਅਸੌਲਟ ਦੀ ਵੀ ਹੋਈ ਆ ਕਾਫੀ ਉਹਨੇ ਹੁਣ UN ਵੀ ਮੈਕਲ ਦੇਖ ਰਿਹਾ ਕਿ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਉਤੇ ਜਾ ਕੇ ਕਰੇ ਇਹ ਬਹੁਤ ਵੱਡੀ ਗੰਭੀਰ ਮਸਲਾ ਹੈਗਾ ਸਾਰੀ ਵਰਲਡ ਦੇ ਕੋਈ ਵੀ ਇਸ ਤਰ੍ਹਾਂ ਜੈਨੋਸਾਈਡਲ ਸਿਚੁਏਸ਼ਨ ਵਿੱਚ ਨਹੀਂ ਹੋਣਾ ਚਾਹੀਦੀ ਇਸ ਕਰਕੇ ਸਾਡਾ ਫਰਜ ਬਣਦਾ ਉਹਨੂੰ ਕਾਲ ਆਊਟ ਕਰਨ ਨੂੰ ਸਾਡੇ ਵਿੱਚ ਵੀ ਜਿਹੜੇ ਦੋ ਕੈਨੇਡੀਅਨ ਫੜੇ ਆ ਉਹ ਨਜ਼ਾਇਜ਼ ਫੜੇ ਆ ਉਹਨਾਂ ਦੇ ਉਤੇ ਕੋਈ ਸੀਰੀਅਸ ਅਲਿਗੇਸ਼ਨ ਨਹੀਂ ਹੈਗੀ ਆ ਆਪਣੇ ਆਪ ਬਣਾਈਆਂ ਔਰ ਆਲਮੋਸਟ ਐਡਮਿਟ ਵੀ ਕੀਤਾ ਕਿ ਅਸੀਂ ਇਹਨੂੰ ਰਿਟੈਲੀਏਸ਼ਨ ਦੇ ਤੌਰ ਤੇ ਕੀਤਾ ਸੋ ਇਹ ਲਾਅ ਐਂਡ ਆਰਡਰ ਔਰ ਇੰਟਰਨੈਸ਼ਨਲ ਲਾਅ ਦੇ ਮਤਾਬਕ ਗਲਤ ਆ ਉਹ ਸਿਰਫ ਉਹਨੂੰ ਇੱਕ 바ਰਗਨਿੰਗ ਚਿਪ ਦੇ ਨਾਲ ਯੂਜ਼ ਕਰਨਾ ਚਾਹੁੰਦੇ ਉਹਨੂੰ ਕਾਊਂਟਰ ਕਰਨ ਲਈ ਹੁਣ ਵੈਸਟਰਨ ਕੰਟਰੀਆਂ ਔਰ ਅਦਰ ਕੰਟਰੀਆਂ ਵੀ ਹੁਣ ਖੜੀਆਂ ਹੋਣ ਲੱਗ ਪਈਆਂ ਜਿਵੇਂ ਤੁਸੀਂ ਦੇਖਿਆ ਸੀ ਜਦੋਂ ਮਾਈਕਲ ਕੋਵਿਡ ਦੀ ਦੋਨੇ ਮਾਈਕਲਾਂ ਦੀ ਟ੍ਰਾਇਲ ਸੀਗੀ ਤੇ ਸਾਰੇ ਵੈਸਟਰਨ ਕੌਂਸਲਟਰ ਐਮਬੈਸਡਰਸ ਇਕੱਠੇ ਹੋ ਕੇ ਗਏ ਸੀ ਪਰ ਉਹਨਾਂ ਨੂੰ ਨਹੀਂ ਐਡਮਿਸ਼ਨ ਦਿੱਤੀ ਗਈ ਕਿ ਅੰਦਰ ਜਾ ਕੇ ਸੁਣ ਸਕਣ ਸੋ ਇਹ ਜਿਹੜੀ ਜਦੋਂ ਤੁਸੀਂ ਲੋ ਲੈਵਲ ਤੱਕ ਲੈ ਜਾਂਦੇ ਆ ਉਹ ਹੈਲਪ ਨਹੀਂ ਕਰਦੀ ਆ ਇੰਟਰਨੈਸ਼ਨਲ ਡਕੁਰਮੇ ਔਰ ਮਾਰਜ ਕਰਦਾ ਕਿ ਚਾਇਨਾ ਉਸ ਨੂੰ ਚੇਂਜ ਕਰੇ ਤੇ ਫਿਰ ਜਿਹੜਾ ਚੀਨ ਦੇ ਵੱਲੋਂ ਮੰਗ ਵਾਜੋ ਉਹਨੂੰ ਛੱਡਣ ਦੇ ਵਾਸਤੇ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਵੱਖ-ਵੱਖਰੇ ਤਰੀਕਿਆਂ ਦੇ ਨਾਲ ਉਹ ਕੈਨੇਡਾ ਦੇ ਉੱਤੇ ਚਾਹੇ ਵਪਾਰਕ ਸਬੰਧਾਂ ਨੂੰ ਖਰਾਬ ਕਰਨ ਦੀ ਗੱਲ ਹੋਵੇ ਚਾਹੇ ਜਿਵੇਂ ਮਾਈਕਲਸ ਨੂੰ ਜਿਹੜੇ ਗ੍ਰਿਫਤ ਉਹਨਾਂ ਦੇ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਤਾਂ ਫਿਰ ਕੀ ਉਹ ਦਬਾਅ ਦਾ ਜਿਹੜਾ ਪ੍ਰਭਾਵ ਹੈ ਉਹ ਕੈਨੇਡਾ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਪੈ ਰਿਹਾ ਹੈ ਕਿ ਰਿਸ਼ਤਿਆਂ ਦੇ ਉੱਤੇ ਵੀ ਇਸ ਦਾ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ ਦੇਖੋ ਕਿ ਕੈਨੇਡਾ ਇੱਕ ਲਾਅ ਐਂਡ ਆਰਡਰ ਵਾਲੀ ਕੰਟਰੀ ਹੈ ਜੇ ਅਸੀਂ ਇਤ ਦਾ ਪ੍ਰਭਾਵ ਦੇੇਡ ਲੋਕਾਂ ਨੂੰ ਛੱਡਣ ਲੱਪੀ ਹੈ ਤਾਂ ਫੇ ਸਾਡੀ ਜਿਹੜੀ ਖੂਬੀ ਆ ਜਿਹੜੀ ਕਿ ਅਸੀਂ ਲਾਅ ਐਂਡ ਆਰਡਰ ਹੈ ਸਾਡੀ ਜੁਡੀਸ਼ਰੀ ਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਹੈਗਾ ਫੈਡਰਲ ਗਵਰਨਮੈਂਟ ਤੋਂ ਜਾਂ ਕੋਈ ਸਿਆਸਤਦਾਨ ਤੋਂ ਉਹ ਚੀਜ਼ ਦਾ ਫੇ ਕੀ ਰਿਜ਼ਲਟ ਹੋਊਗਾ ਸਾਡਾ ਲਾਅ ਐਂਡ ਆਰਡਰ ਹੈ ਉਹਦੀ ਹਸਪਿਟੈਲਿਟੀ ਦੇਖੋ ਬੜੀ ਹਾਊਸ ਰੈਸਟ ਤੇ ਰਹਿ ਰਹੀ ਆ ਉਹਨੂੰ ਕੋਈ ਗੰਭੀਰ ਸਿਚੁਏਸ਼ਨ ਨਹੀਂ ਕਿਾ ਕੀ ਆ ਉਹਨੂੰ ਬੜਾ ਸੇਫ ਤਰੀਕੇ ਦੇ ਨਾਲ ਰੱਖਿਆ ਔਰ ਉਹਦੀ ਟ੍ਰਾਇਲ ਚੱਲ ਰਹੀ ਹੈ ਜੇ ਟ੍ਰਾਇਲ ਦੇ ਵਿੱਚ ਵੇਖਿਆ ਜਾਊਗਾ ਕਿ ਉਹ ਟੈਸਟ ਨਹੀਂ ਮੀਟ ਕਰਦੇ ਐ ਐਕਸਟਰਡੀਸ਼ਨ ਯੂਐਸ ਨੂੰ ਕਰਨ ਨੂੰ ਤਾਂ ਛੁੱਟ ਚੁਗੀ ਜੇ ਉਹ ਟੈਸਟ ਮੀਟ ਕਰਦੇ ਹੋਗੇ ਤਾਂ ਫਿਰ ਉਹਦੀ ਟ੍ਰਾਇਲ ਯੂਐਸ ਦੇ ਵਿੱਚ ਹੋਗੀ ਪਰ ਉਹਦੀ ਟ੍ਰਾਇਲ ਹੋਊਗੀ ਪ੍ਰੋਪਰ ਲਾਅ ਐਂਡ ਆਰਡਰ ਅਨਸਾਰ ਉਹਦੇ ਹੱਕ ਦੇ ਅਨਸਾਰ ਉਹਦੀ ਸੁਣਾਈ ਕੀਤੀ ਜਾਊਗੀ ਜੇ ਚੀਨ ਵੀ ਸਾਨੂੰ ਕਿਤੇ ਮੈਸੇਜ ਕਰਦਾ ਕਿ ਸਾਡਾ ਇੰਟਰਪੋਲ ਦਾ ਵਾਂਟਡ ਪਰਸਨ ਹੈਗਾ ਸਾਡਾ ਉਹਦਾ ਵੀ ਫਰਜ਼ ਬਣਨਾ ਸੀਗਾ ਉਹਨੂੰ ਅਰੇਸਟ ਕਰਨਾ ਉਹਦੀ ਫੇਰ ਉਹਦੇ ਉੱਤੇ ਐਕਸਟਰਡੀਸ਼ਨ ਦੀ ਚੱਲਣੀ ਸੀ ਉਹਦੀਆਂ ਵੀ ਕਾਫੀ ਸ਼ਰਤਾਂ ਆ ਹੈਗੀ ਟ੍ਰੀਟੀ ਉਸ ਕੰਟਰੀ ਦੇ ਨਾਲ ਉਸ ਨੇ ਡੈਥ ਪੈਨਲਟੀ ਤਾਂ ਨਹੀਂ ਉਸ ਨੂੰ ਦੇਣੀ ਉਹਦਾ ਪ੍ਰੋਮਿਸ ਕਰਨਾ ਇਕ ਇਤਰਾ ਇਕ ਇਤਰਾ ਇਦਾਂ ਦੀਆਂ ਟੋਰਚੇ ਤਾਂ ਨਹੀਂ ਕਰਨਾ ਜਿਉਹ ਸਾਰੇ ਟੈਸਟ ਮੈਚ ਕਰਦੇ ਔਰ ਕੈਨੇਡਾ ਚ ਵੀ ਉਹ ਕਾਨੂੰਨ ਦੀ ਉਲੰਘਣਾ ਗਿਣੀ ਜਾਂਦੀ ਉਹ ਜ਼ੁਲਮ ਨੂੰ ਫੇਰ ਅਸੀਂ ਉਹਨੂੰ ਐਕਸਟਰੈਡਿਟ ਕਰਨਾ ਸੀਗਾ ਸੋ ਉਹ ਸੇਮ ਹੀ ਅਪਲਾਈ ਕਰਦਾ ਚਾਹੇ ਉਹ ਚੀਨ ਮੰਗ ਲੈਂਦਾ ਚਾਹੇ ਸਾਨੂੰ ਯੂ ایس ਮੰਗ ਲੈਂਦਾ ਚਾਹੇ ਇੰਡੀਆ ਮੰਗ ਲੈਂਦਾ ਚਾਹੇ ਯੂਰਪ ਮੰਗ ਲੈਂਦਾ ਸੋ ਅਸੀਂ ਤਾਂ ਕਾਨੂੰਨ ਦੀ ਪਾਲਣਾ ਕਰਦਾ ਕੀਤਾ ਤੇ ਜੇ ਅਸੀਂ ਇਦਾਂ ਦੇ ਪ੍ਰੈਸ਼ਰਾਂ ਦੇ ਉੱਤੇ ਬਾਉ ਡਾਊਨ ਕਰ ਲਾ ਪੀਏ ਫੇਰ ਕੈਨੇਡਾ ਦਾ ਜਿਹੜਾ ਲਾ ਐਂਡ ਆਰਡਰ ਔਰ ਕੈਨੇਡਾ ਦੀ ਜੀ ਡੈ

ਤੇ ਫਿਰ ਹੁਣ ਗੱਲ ਕਰਦੇ ਹਾਂ ਜਿਹੜਾ ਕਨੇਡੀਅਨ ਮਿਲਟਰੀ ਦੇ ਜੋ ਫਾਰਮਰ ਚੀਫ ਆਫ ਸਟਾਫ ਨੇ ਉਹਨਾਂ 'ਤੇ ਇਲਜ਼ਾਮ ਲੱਗੇ ਤੇ ਫਿਰ ਜਿਹੜੀ ਇਸ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਉਸ ਦੇ ਬਾਰੇ بار بار ਜਿਹੜੇ ਕਈ ਤਰ੍ਹਾਂ ਦੇ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਕਿਹਾ ਗਿਆ ਕਿ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਇਸ ਦੇ ਬਾਰੇ ਪਹਿਲਾਂ ਪਤਾ ਸੀ ਤੇ ਫਿਰ ਹੁਣ ਅਜੇ ਵੀ ਕਿਹਾ ਗਿਆ ਕਿ ਪੀ ਐਮਓ ਦੇ ਵਿੱਚ ਇਹ ਗੱਲ ਪਤਾ ਸੀ ਕਿ ਇਲਜ਼ਾਮ 2018 ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਸੀ ਤੇ ਫਿਰ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਆਪਣਾ ਬਿਆਨ ਵੀ ਦਿੱਤਾ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ੁਰੂ ਦੇਖੋ ਜਦੋਂ ਮਿਨਿਸਟਰ ਸੱਜ ਉਨਾ ਦੇ ਮੋਰੇ ਜਿਹੜਾ ਆਮਬਜਮੈਂਟ ਸੇਗਾ ਉਹਨ ਦੱਸਿਆ ਕਿ ਜੇਬ ਚੋਂ ਕੱਢ ਕੇ ਮੇਰੇ ਕੋ ਕੋਈ ਐਵੀਡੈਂਸ ਆਇਆ ਜਨਰਲ ਵੈਂਟਸ ਦੇ ਖਿਲਾਫ ਉਹਨੇ ਕਿਹਾ ਰੋਕ ਦੇ ਤੇ ਮੈਨੂੰ ਨਹੀਂ ਦੇ ਮੈਂ ਜੱਜ ਨਹੀਂ ਹੈਗਾ ਨਾ ਜੂਰੀ ਹੈਗਾ ਤੂੰ ਆਮਬਜਮੈਂਟ ਨੇ ਤੇਰਾ ਫਰਜ ਬਣਦਾ ਇਨਵੈਸਟੀਗੇਸ਼ਨ ਤੂੰ ਇਹਨੂੰ ਇਨਵੈਸਟੀਗੇਟ ਕਰ ਜਾਂ ਪ੍ਰਿਵੀ ਕਾਉਂਸਲ ਜੋ ਬਿਰੋਕ੍ਰੇਸੀ ਹੈ ਪ੍ਰਾਈਵੇਟ ਜਿਹੜੀ ਸਰਕਾਰ ਦੀ ਪ੍ਰੈਸ਼ਰ ਤੋਂ ਇਲਾਵਾ ਹੋ ਗਈ ਆ ਉਹ ਇਨਵੈਸਟੀਗੇਟ ਕਰਕੇ ਉਹ ਮੈਨੂੰ ਰਿਪੋਰਟ ਲਿਆ ਕੇ ਦੇਵੇ ਫੇਮ ਹੈ ਉਹਦੇ ਉੱਤੇ ਫੈਸਲਾ ਕਰੂੰਗਾ ਕੀ ਕੀ ਹੋਊਗਾ ਉਹਨੂੰ ਨਾ ਹੋਊਗਾ ਪ੍ਰਿਵੀ ਕਾਉਂਸਲ ਤਾਂ ਕਹਿੰਦੀ ਨਾ ਉਹਦੇ ਤੇ ਇਨਵੈਸਟੀਗੇਸ਼ਨ ਕੀਤੀ ਚਾਹੀਏ ਉਹ ਵਿਟਨੈਸ ਨਹੀਂ ਸੀ ਪਰਮਿਟ ਕਰਦਾ ਜੋ ਵੀ ਕਾਰਜ ਹੋਊਗਾ ਕਾਰਨ ਹੋਊਗਾ ਉਹ ਉਹਦੀ ਜ਼ਿੰਮੇਵਾਰੀ ਆ ਉਸ ਕਰਕੇ ਉਹਦੇ ਉੱਤੇ ਕੋਈ ਗਾਂਹ ਕਾਰਵਾਈ ਨਹੀਂ ਕੀਤੀ ਗਈ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਜਿਵੇਂ ਉਹਨੇ ਦੱਸਿਆ ਪਤਾ ਲੱਗਾ ਸੀ ਕਿ ਆ ਮੰਗ ਕੀਤੀ ਗਈ ਹੈ ਉਹਦਾ ਵੀ ਸੇਮ ਹੀ ਸੀਗਾ ਕਿ ਪ੍ਰਿਵੀ ਕਾਉਂਸਲ ਨੂੰ ਉੱਤੇ ਇਨਵੈਸਟਿਗੇਟ ਕਰਨਾ ਚਾਹੀਦਾ ਜਾਂ ਵੰਬਲਡਮੈਂਟ ਕਰਦਾ ਇਸ ਕਰਕੇ ਪ੍ਰਧਾਨ ਮੰਤਰੀ ਤੱਕ ਇਹ ਗੱਲ ਨਹੀਂ ਪਹੁੰਚੀ ਔਰ ਉਹ ਹਜੇ ਤੱਕ ਉੱਤੇ ਖੜੇ ਆ ਔਰ ਜੋ ਵੀ ਉਹ ਨਹੀਂ ਕਿਹਾ ਚੀਫ ਆਫ ਸਟਾਫ ਜਨਰਲ ਮਿਨਿਸਟਰ ਸੱਜਣ ਦੀ ਈਮੇਲ ਫਾਲੋਇੰਗ ਡੇ ਉਹਨੇ ਵੀ ਇਹੀ ਬਿਆਨ ਦਿੱਤਾ ਕਿ ਜੋ ਤੂੰ ਕੱਲ ਪੇਸ਼ ਕੀਤਾ ਸੀਗਾ ਮੇਕ ਸ਼ੋਰ ਉਹ ਪ੍ਰੋਪਰ ਅਥਾਰਟੀਆਂ ਨੂੰ ਭੇਜਿਆ ਜਾਵੇ ਉਹ ਨਹੀਂ ਭੇਜਿਆ ਗਿਆ ਉਹ ਤੇ ਨਹੀਂ ਕੀਤੀ ਗਈ ਸੋ ਸਰਕਾਰ ਨੂੰ ਫੇ ਇਹੀ ਇਨਫੋਰਮੇਸ਼ਨ ਆਉਂਦੀ ਕਿ ਇਹ ਜਿਹੜੀ ਕੰਪਲੇਂਟ ਸੀਗੀ ਚਾਹੇ ਗਲਤ ਸੀਗੀ ਜਾਂ ਨਜਾਇਜ਼ ਸੀ ਜਾਂ ਝੂਠੀ ਸੀ ਜਾਂ ਇਹਦੇ ਵਿੱਚ ਕੋਈ ਬੇਸਿਸ ਨਹੀਂ ਨਿਕਲਿਆ ਸੋ ਇਹੇ ਅਸੀਂ ਰਿਲਾਈ ਕਰ ਸਕਦੇ ਉੱਤੇ ਤੇ ਜਗਮੀਤ ਸਿੰਘ ਦੇ ਵੱਲੋਂ ਫਾਰਮਾਕੇਅਰ ਨੂੰ ਲੈ ਕੇ ਜੋ ਪਹਿਲਾਂ ਬਿਲਵੀ ਲਿਆਂਦਾ ਗਿਆ ਸੀ ਤੇ ਉਹਨੂੰ ਸਮਰਥਨ ਨਹੀਂ ਮਿਲਿਆ ਲਿਬਰਲਸ ਦਾ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਹਲੰਗੇ ਐਤਵਾਰ ਨੂੰ ਵੀ ਜੋ ਈਵੈਂਟ ਕੀਤਾ ਸੀਗਾ ਮੋਂਟਰੀਅਲ ਦੇ ਵਿੱਚ ਤਾਂ ਉਸ ਦੌਰਾਨ ਵੀ ਉਹਨਾਂ ਦੇ ਵੱਲੋਂ ਵਾਚ ਚੁੱਕੀ ਜਾ ਰਹੀ ਹੈ ਕਿ ਫਾਰਮਾਕੇਅਰ ਵਿੱਚ ਲੋਕਾਂ ਨੂੰ ਦਵਾਈਆਂ ਨੂੰ ਲੈ ਕੇ ਮਦਦ ਦੇਣ 'ਚ ਲਿਬਰਲਸ ਦੇ ਵੱਲੋਂ ਸਮਰਥਨ ਨਹੀਂ ਦਿੱਤਾ ਜਾ ਰਿਹਾ ਤੇ ਕਈ ਹੋਰ ਇਲਜ਼ਾਮ ਵੀ ਲਾਏ ਜਾ ਰਹੇ ਨੇ ਤੁਸੀਂ ਉਸ ਤੇ ਕੀ ਕਹਿਣਾ ਚਾਹੁੰਦੇ? ਦੇਖੋ ਅਸੀਂ ਲਾਸਟ ਇਲੈਕਸ਼ਨ ਦੇ ਵਿੱਚ ਅਸੀਂ ਅਸੀਂ ਸਾਡੇ ਪਲੈਟਫਾਰਮ ਦੇ ਵਿੱਚ ਫਾਰਮਾਕੇਅਰ ਦੀ ਗੱਲ ਕਰਨ ਦੀ ਕੀਤੀ ਸੀ ਔਰ ਅਸੀਂ ਲਾਸਟ ਟਾਈਮ ਦੇ ਵਿੱਚ ਅਸੀਂ ਰਿਪੋਰਟ ਉਹਦੇ ਤਿਆਰ ਕੀਤੀ ਸੀ ਕਿੰਨਾ ਖਰਚ ਲੱਗੂਗਾ ਔਰ ਕਿਸ ਤਰ੍ਹਾਂ ਇਹ ਇੰਪਲੀਮੈਂਟ ਹੋਗੀ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾ ਸੀ ਕਿ ਬਾਇੰਗ ਪਾਵਰ ਜਿਹੜੀ ਆ ਉਹ ਕੀਤੀ ਜਾਵੇ ਤਾਂ ਕਿ ਕੈਨੇਡੀਅਨਸ ਕਲੈਕਟਿਵਲੀ ਬਾਏ ਕਰਨ ਜਿਹੜੀਆਂ ਡਰੱਗਸ ਸਾਰੇ ਸੂਬੇ ਸ਼ਾਹ ਸੂਬਾ ਕਲਾਕਲਾ ਬਾਏ ਕਰਦਾ ਡਰੱਗਸ ਆਮੇ ਐਜ਼ ਅ ਬਲਕ ਚੱਤੀ ਮਿਲਿਨ ਲੋਕਾਂ ਦੇ ਬਾਏ ਕਰਦਾ ਉਹਦੇ ਨਾਲ ਉਹਦੀ ਕਾਸਟ ਲੋ ਰਹਿੰਦੀ ਉਹਨਾਂ ਕੰਜ਼ਿਊਮਰ ਨੂੰ ਘੱਟ ਉਹ ਫਰਸਟ ਫੇਜ਼ ਸ਼ੁਰੂ ਹੋ ਗਿਆ ਆ ਸੈਕੰਡ ਫੇਜ਼ ਹੋਣਾ ਹੈਗਾ ਕਿ ਕਿਉਂਕਿ ਫਾਰਮਕੇਅਰ ਔਰ ਹੈਲਥਕੇਅਰ ਪ੍ਰੋਵਿੰਸ ਦਾ ਜ਼ਿੰਮੇਵਾਰੀ ਆ ਕੈਨੇਡਾ ਦੇ ਵਿੱਚ ਡਿਫਰੈਂਟ ਮਾਡਲ ਡਿਫਰੈਂਟ ਸਟ ਇਸ ਦੇ ਵਿੱਚ ਜੇ ਤੁਸੀਂ ਸੋਸ਼ਲ ਸਰਵਿਸਿਜ਼ ਤੇ ਹੈ ਵੈਲਫੇਅਰ ਤੇ ਤੁਹਾਨੂੰ ਫਾਰਮ ਕੇਅਰ ਮਿਲਦੀ ਆ ਜੇ ਤੁਸੀਂ ਐਕਸਟੈਂਡਡ ਬੈਨੀਫਿਟਸ ਹੈ ਤੁਹਾਡੇ ੈਂਪਲੋਇਰ ਆ ਤਾਂ ਵੀ ਤੁਹਾਨੂੰ ਮਿਲਦੀ ਆ ਸੋ ਇਨ ਬਿਟਵੀਨ ਜਿਹੜਾ ਗਰੁੱਪ ਆ ਉਹਨੂੰ ਨਹੀਂ ਮਿਲਦੀ ਅਸੀਂ ਕਿਸ ਤਰ੍ਹਾਂ ਉਹ ਕਈ ਸੂਬਿਆਂ ਦੇ ਵਿੱਚ ਜਿਹੜੇ ਲੋ ਇਨਕਮ ਤੇ ਉਹਨਾਂ ਨੂੰ ਨਹੀਂ ਦਿੰਦੀ ਦਿੱਤੀ ਜਾ ਰਹੀ ਆ ਸੋ ਅਸੀਂ ਉਹ ਮਾਡਲ ਕਰਨਾ ਚਾਹੁੰਦੇ ਜਿਨ੍ਹਾਂ ਕਿ ੈਂਪਲੋਇਰ ਜਿਹੜੇ ਆਲਰੇਡੀ ਕਵਰ ਕਰਦੇ ਉਹ ਗਾ ਵੀ ਕਵਰ ਕਰੀ ਜਾਣ ਉਹਨਾਂ ਨੂੰ ਸ਼ਟਾਉਟ ਨਾ ਹੋਵੇ ਕਿ ਉਹਨੂੰ ਆਵਰ ਸੈਡ ਫਰੀ ਰਾਈਡ ਮਿਲ ਜਾਵੇ ਇਸ ਦੇ ਨਾਲ ਨਾਲ ਪ੍ਰੋਵੈਂਸ ਜਿਹੜੇ ਆਲਰੇਡੀ ਸਪੈਂਡ ਕਰਦੇ ਉਹ ਫੇਸ ਸਪੈਂਡ ਕਰਨ ਉਹ ਜਿਹੜੇ ਸੋਸ਼ਲ ਸਰਵਿਸਿਸ ਦੇ ਸੋ ਇਹਦਾ ਜਿਹੜਾ ਹੋਊਗਾ ਇਹ ਹੌਲੀ ਹੌਲੀ ਪ੍ਰੋਵਿੰਸਾ ਦੇ ਨਾਲ ਮਿਲ ਕੇ ਹੋਊਗਾ ਪਰ ਅਨਫੋਰਚਨਟਲੀ ਲਾਸਟ 13 14 ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਇਲੈਕਟ ਹੋਏ ਐ ਕੋਵਿਡ ਨੇ ਮੇਨ ਕਨਵਰਸੇਸ਼ਨ ਕੀਤੀ ਗਈ ਸੋ ਸਾਰਿਆਂ ਦਾ ਮੇਨ ਫੋਕਸ ਮੇਨ ਇੰਟਰਸ ਲੋਕਾਂ ਨੂੰ ਕੋਵਿਡ ਤੋਂ ਬਚਾਉਣਾ ਫਾਈਨੈਂਸ਼ਲੀ ਬਚਾਉਣਾ ਇਹ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਸੀ ਉਹ ਜਦੋਂ ਕੋਵਿਡ ਤੋਂ ਨਿਕਲਾਂਗੇ ਫਿਰ ਅਸੀਂ ਮੁੜ ਕੇ ਫਾਰਮ ਕੇਅਰ ਨੂੰ ਪ੍ਰੋਪਰ ਤਰੀਕੇ ਦੇ ਨਾਲ ਅਪਰੋਚ ਕਰਕੇ ਕਰਾਂਗੇ ਜੀ ਫਿਰ ਲੰਘੇ ਹਫ਼ਤਿਆਂ ਦੇ ਵਿੱਚ ਜਗਮੀਤ ਸਿੰਘ ਨੇ ਇੱਕ ਸਟੂਡੈਂਟ ਲੋਨ ਦੇ ਬਾਰੇ ਵੀ ਵਾਅਦਾ ਕੀਤਾ ਤੇ ਨਾਲ ਹੀ ਇਲਜ਼ਾਮ ਵੀ ਲਾਇਆ ਸੀ ਕਿ ਲਿਬਰਲਸ ਦੇ ਵੱਲੋਂ ਸਟੂਡੈਂਟਸ ਦੇ ਸਰਤੇ ਇਹ ਕੁਝ ਇਸ ਤਰ੍ਹਾਂ ਪੈਸਾ ਕਮਾਇਆ ਜਾ ਰਿਹਾ ਹੈ ਕਿ ਇਸ ਦੇ ਉੱਤੇ ਜੋ ਫੈਸਲਾ ਲਿਆ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਉਹ ਆਉਂਦੇ ਨੇ ਤਾਂ ਫਿਰ ਉਹ ਜਿਹੜਾ ਵਿਆਜ ਜੋ ਵੀ ਖਤਮ ਕਰ ਦੇਣਗੇ ਤੇ ਹੌਲੀ-ਹੌਲੀ ਟਿਊਸ਼ਨ ਫੀਸ ਨੂੰ ਖਤਮ ਕਰਨ ਦੀ ਹੀ ਗੱਲ ਕਰਨਗੇ ਦੇਖੋ ਜਗਮੀਤ ਸਿੰਘ ਨੇ ਤਾਂ ਹਰ ਇੱਕ ਕਹਿਣਾ ਹੈਗਾ ਕਿ ਉਹ ਉਹ ਗਿਫਟ ਹਰ ਇੱਕ ਚੀਜ਼ ਨੂੰ ਦਿੰਦੇ ਆ ਪਰ ਉਹ ਕਾਸਟ ਜਾਂ ਇੰਪਲੀਮੈਂਟ ਕਿੱਦਾਂ ਕਰਨਾ ਉਹਦੇ ਉੱਤੇ ਨੀਓ ਨੀ ਕਦੇ ਕੋ ਗੌਰ ਕੀਤਾ ਨਾ ਕਦੇ ਐਨਾਲਿਸਿਸ ਦਿੱਤਾ ਲਿਬਰੋਜ਼ ਇੰਸਟੀਟਿਊਟ ਨੇ ਸਭ ਤੋਂ ਪਹਿਲਾਂ ਆ ਕੇ 2015 ਚ ਅਸੀਂ ਡਬਲ ਕਰਤੀ ਸੀ ਉਹਦੀ ਜਿਹੜੀ ਸਟੂਡੈਂਟ ਗ੍ਰਾਂਟ ਹੈ ਜਿਹੜੇ ਕਿ ਸਟੂਡੈਂਟ ਲੋਨ ਵਾਲਿਆਂ ਨੂੰ ਮਿਲਦੀ ਹੁੰਦੀ ਆ ਬਾਅਦ ਦੇ ਵਿੱਚ ਉਹ ਟ੍ਰਿਪਲ ਕਰ ਦਿੱਤੀ ਆ ਇਸੇ ਤਰ੍ਹਾਂ ਜਿਹੜੇ ਔਮਨ ਇਨ ਟ੍ਰੇਡਸ ਆ ਉਹਨਾਂ ਨੂੰ ਗ੍ਰਾਂਟ ਉਹਨਾਂ ਦਾ ਡਬਲ ਤੋਂ ਟ੍ਰਿਪਲ ਕੀਤੀ ਗਈ ਆ ਤਾਂ ਕਿ ਉਹਨਾਂ ਨੂੰ ਉਹ ਗ੍ਰਾਂਟ ਫ੍ਰੀ ਮਨੀ ਆ ਉਹ ਲੋਨ ਵੀ ਨਹੀਂ ਹੈਗਾ ਲੋਨਾਂ ਦੇ ਉੱਤੇ ਵੀ ਅਸੀਂ ਕਰ ਦਿੱਤਾ ਕਿ ਲਰ ਨਹੀਂ ਬਣਾਉਂਦੇ ਉਹਨਾਂ ਚਿਰ ਤੱਕ ਕੋਈ ਵਿਆਜ ਨਹੀਂ ਉਹਨਾਂ ਦਾ ਸ਼ੁਰੂ ਹੁੰਦਾ ਔਰ ਵਿਆਜ ਵੀ ਬਹੁਤ ਬਹੁਤ ਲੋ ਲੈਵਲ ਦੇ ਉੱਤੇ ਹੁੰਦਾ ਸੋ ਹੁਣ ਅਸੀਂ ਫੇ ਕੋਵਿਡ ਵੇਲੇ ਸਸਪੈਂਡ ਕੀਤਾ ਸੀਗਾ ਕਿ ਉਹਨਾਂ ਨੂੰ ਕੋਈ ਉਹਨਾਂ ਚਿਰ ਪੇਮੈਂਟ ਨਹੀਂ ਉਹਨਾਂ ਚਿਰ ਦੇਣਗੇ ਜਿੰਨਾ ਚਿਰ ਉਹ ਕੰਮ ਤੇ ਨਹੀਂ ਲੱਗਦੇ ਤੇ ਮੁੜ ਕੇ ਸ਼ੁਰੂ ਪੋਸਟ ਕੋਵਿਡ ਵਰਕ ਨਹੀਂ ਹੁੰਦਾ ਸੋ ਇਹ ਬਹੁਤ ਬੈਲੈਂਸ ਹੈਗੀ ਮੇਨ ਚੀਜ਼ ਹੈਗੀ ਕਿ ਸਟੂਡੈਂਟ ਜਦੋਂ ਪੜ੍ਹਦੇ ਆ ਉਹਨਾਂ ਨੂੰ ਕੋਈ ਰੁਕਾਵਟ ਨਾ ਹੋਵੇ ਜਦੋਂ ਪੜ੍ਹਨਾ ਜੇ ਉਹਨਾਂ ਕੋਲ ਪੈਸੇ ਹੈਗੇ ਟਿਊਸ਼ਨ ਦੇ ਸਕਦੇ ਉਹ ਦੇਣ ਜਿਹੜੇ ਨਹੀਂ ਦੇ ਸਕਦੇ ਉਹਨਾਂ ਨੂੰ ਈਜ਼ੀ ਐਕਸੈਸ ਸਟੂਡੈਂਟ ਲੋਨ ਦੀ ਹੋਗੀ ਇਸ ਤੇ ਆਲਾ ਸਟੂਡੈਂਟਾਂ ਨੂੰ ਸਮਰਥ ਦੇ ਵਿੱਚ ਪੈਸੇ ਵੀ ਦਿੱਤੇ ਕਿਉਂਕਿ ਉਹ ਨਾਰਮਲੀ ਉਹ ਕੰਮ ਕਰਦੇ ਹੁੰਦੇ ਅਸੀਂ 1500 ਡਾਲਰ ਮਹੀਨੇ ਦਾ ਉਹਨਾਂ ਨੂੰ 4 ਮਹੀਨਿਆਂ ਵਾਸਤੇ ਵੀ ਦਿੱਤਾ ਤਾਂ ਕਿ ਉਹ ਆਪਣੇ ਟਿਊਸ਼ਨ ਨੂੰ ਅਫੋਰਡ ਕਰ ਸਕਣ ਤਾਂ ਕਿ ਉਹ ਟਿਊਸ਼ਨ ਨੂੰ ਪੇ ਕਰ ਸਕਣ ਉਹਨਾਂ ਦਾ ਜੇ ਵਰਕ ਐਕਸਪੀਰੀਅੰਸ ਉਹਦਾ ਹੋਣਾ ਸੀ ਨਹੀਂ ਸੀ ਹੋ ਸਕਿਆ ਸੋ ਅਸੀਂ ਹਰ ਪ੍ਰਕਾਰ ਸਟੂਡੈਂਟ ਨੂੰ ਕਰਦੇ ਪਰ ਬੈਲੈਂਸ ਤਰੀਕੇ ਦੇ ਨਾਲ ਕਰਦੇ ਤਾਂ ਕਿ ਇਹ ਵੀ ਨਾ ਹੋਵੇ ਕਿ ਸਾਡੇ ਸਟੈਂਡਰਡ ਆਫ ਜਿਹੜੀ ਯੂਨੀਵਰਸਿਟੀਜ਼ ਉਹ ਘਟ ਜਾਣ ਕਿਉਂਕਿ ਸਾਰਾ ਕੁਝ ਲੋਨਾਂ ਦੇ ਉੱਤੇ ਜਾਂ ਇੰਟਰਸਟ ਫਰੀ ਲੋਨਾਂ ਤੇ ਹੋਵੇ ਅਸੀਂ ਬੈਲੈਂਸ ਜਿਹੜਾ ਪੇ ਕਰ ਸਕਦਾ ਉਹ ਪੇ ਕਰੇ ਜਿਹਨੂੰ ਲੋ ਸਹਾਇਤਾ ਦੀ ਲੋੜ ਆ ਉਹਨੂੰ ਲੋਨ ਹੋਊਗਾ ਤਾਂ ਲੋਨ ਉਦੋਂ ਹੀ ਪੇ ਕਰਨਾ ਜਦੋਂ ਤੁਹਾਨੂੰ ਗੁੱਡ ਨੌਕਰੀ ਮਿਲ ਗਏ ਤੇ ਫਿਰ ਜਿਹੜੇ ਇਮੀਗ੍ਰੈਂਟਸ ਨੇ ਇਸ ਵਕਤ ਕੈਨੇਡਾ ਦੇ ਵਿੱਚ ਮੌਜੂਦ ਨੇ ਇੱਕ ਜਿਹੜੀਆਂ ਪੀਆਰ ਫਾਈਲਾਂ ਦੇ ਉੱਪਰ ਕਰ ਰਹੇ ਨੇ ਉਸ ਦੇ ਵਾਸਤੇ ਤਾਂ ਲੰਮਾ ਚਿਰ ਡੀਲੇ ਕਰਨੀ ਪੈ ਰਹੀ ਹੈ ਇਮੀਗ੍ਰੇਸ਼ਨ ਵਿਭਾਗ ਨੇ ਡਿਲੇ ਦੀਆਂ ਹੁਣ ਈਮੇਲਸ ਵੀ ਭੇਜੀਆਂ ਨੇ ਪਰ ਉਸ ਦੇ ਵਿੱਚ ਇਹ ਨਹੀਂ ਦੱਸਿਆ ਕਿ ਕਿੰਨਾ ਕੁ ਹੋਰ ਦੇਰੀ ਹੋ ਸਕਦੀ ਹੈ ਤਾਂ ਨਾਲ ਹੀ ਜਿਹੜੇ ਵਰਕ ਪਰਮਿਟ ਦੇ ਉੱਤੇ ਆਪਣੇ ਸਪੌਸਲ ਵਰਕ ਪਰਮਿਟ ਲਗਾਏ ਹੋਏ ਨੇ ਤਾਂ ਉਸ ਦੇ ਵਿੱਚ ਵੀ ਡੀਲੇ ਫਾਈਲਾਂ ਚ ਦੇਰੀ ਹੈ ਉਸ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਅੰਡਰਸਟੈਂਡ ਤੁਹਾਡਾ ਕਵਰਡ ਹੋਇਆ ਅੱਜ ਆਪਾਂ ਰੈਸਟੋਰੈਂਟ ਬੰਦ ਕਰ ਰਹੇ ਆ ਲੋ ਇਵਨ ਲੋਕਲ ਲੈਵਲ ਤੇ ਆਪਾਂ ਦੇਖ ਰਿਹਾ ਕਿੰਨਾ ਹਾਰ ਤੁਸੀਂ ਇਮੇਜਨ ਕਰੋ ਕਿ ਦਫ਼ਤਰਾਂ 'ਚ ਤੁਸੀਂ ਕਿੱਦਾਂ ਪੈਕ ਕਰਕੇ 100-100 ਬੰਦਾ ਨਾਲ-ਨਾਲ ਕੀ ਕੰਮ ਕਰ ਸਕਦੇ ਨਹੀਂ ਕਰ ਸਕਦੇ ਆ ਇਸ ਕਰਕੇ ਉਹ ਘਰਾਂ ਤੋਂ ਕਰ ਰਹੇ ਫਿਰ ਜਿਹੜੀ ਇਮੀਗ੍ਰੇਸ਼ਨ ਹੈ ਇਹਦੀ ਖਾਸ ਕਰਕੇ ਇਹਦਾ ਮੁਸ਼ਕਲ ਆਉਂਦੀ ਹੈ ਕਿ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਡਿਫਰੈਂਟ ਕੰਟਰੀਆਂ ਤੋਂ ਲੈਣੀ ਪੈਂਦੀ ਆ ਤੁਹਾਨੂੰ ਇੰਡੀਆ ਤੋਂ ਲੈਣੀ ਪੈਂਦੀ ਪਾਕਿਸਤਾਨ ਤੋਂ ਲੈਣੀ ਪੈਂਦੀ ਇੰਗਲੈਂਡ ਤੋਂ ਦੁਬਈ ਤੋਂ ਸਾਊਥ ਅਮਰੀਕਾ ਤੋਂ ਉਹਨਾਂ ਦੇ ਗਾਂ ਦਫ਼ਤਰ ਪਹਿਲਾਂ ਦਾ ਸਾਡਾ ਐਮਬੈਸੀ ਦਾ ਕਿੰਨਾ ਕ ਦਫ਼ਤਰ ਖੁੱਲਾ ਉੱ ਕਲੋਂਦੀ ਆ ਕੋਵਿਡ ਕਰਕੇ ਉਹਨਾਂ ਦੀਆਂ ਰੈਸਟ੍ਰਿਕਸ਼ਨਸ ਆ ਕਈ ਸ਼ਹਿਰ ਦੇ ਵਿੱਚ ਕਰਫਿਊ ਲੱਗੇ ਕਿ ਵਰਕਰ ਉਹ ਦਫ਼ਤਰ ਤੱਕ ਜਾਏ ਬਸੀ ਦਾ ਕਾ ਨਹੀਂ ਸਕਦੇ ਫੇਰ ਆਪਾਂ ਪੁਲਿਸ ਰਿਪੋਰਟਾਂ ਲੈਣੀਆਂ ਬੈਕਗ੍ਰਾਉਂਡ ਚੈੱਕ ਕਰਨੇ ਉੱਥੇ ਦੇ ਕਰਮਚਾਰੀਆਂ ਤੋਂ ਉਹ ਉਹਨਾਂ ਤੇ ਡਿਪੈਂਡੈਂਟ ਆ ਸੋ ਸਾਰੀ ਜਿਹੜੀ ਚੇਨ ਆ ਉਹ ਤੇ ਵਿਗਨ ਬਹੁਤ ਪਏ ਆ ਇਸ ਵੇਲੇ ਕੋਵਿਡ ਕਰਕੇ ਇਸ ਕਰਕੇ ਇੱਕ ਵੀ ਉਹਦੇ ਵਿੱਚ ਚੇਨ ਦੇ ਵਿੱਚ ਵਿਗਨ ਪੈ ਜਾਵੇ ਤਾਂ ਸਾਡੇ ਕੋਲ ਫਾਇਲ ਪੂਰੀ ਨਹੀਂ ਹੁੰਦੀ ਇਸ ਕਰਕੇ ਮੈਂ ਪੇਸ਼ੈਂਟ ਸਰਜ ਕਰਦਾ ਕਿ ਸਾਰੇ ਥੋੜ੍ਹਾ ਜਿਹਾ ਪੇਸ਼ੈਂਟ ਰਹੋ ਹੌਲੀ ਹੌਲੀ ਜਿਵੇਂ ਆਪਾਂ ਵੈਕਸੀਨੇਸ਼ਨਸ ਵੱਧ ਰਹੀਆਂ ਵਾਇਡ ਵੀ ਹੋਰ ਸਾਡੇ ਖਾਸ ਕਰਕੇ ਕੈਨੇਡਾ ਦੇ ਵਿੱਚ ਕੋਵਿਡ ਰੇਟ ਨੂੰ ਜਦੋਂ ਅਸੀਂ ਡਾਊਨ ਲਿਆ ਹੁੰਦਾ ਨਾਲ ਦੀ ਨਾਲ ਹੀ ਇਮੀਗ੍ਰੇਸ਼ਨ ਆਪ ਆ ਜਾਣਾ ਪ੍ਰਾਈਮ ਮਿਨਿਸਟਰ ਦੀ ਕਮਿਟਮੈਂਟ ਆ ਇਮੀਗ੍ਰੇਸ਼ਨ ਨੂੰ ਵਧਾਉਣ ਵਾਸਤੇ ਤਦੇ 4 ਲੱਖ ਐਕਸਰ ਕੀਤਾ ਔਰ ਦਿਸ ਫਰਸਟ ਹਾਫ ਦੇ ਵਿਦ ਜਨਵਰੀ ਫਰਬੁਚ ਪਿਛਲੇ ਜਨਵਰੀ ਫਰਬੁਚ ਨਾਲੋਂ ਵੱਧ ਇਮੀਗ੍ਰੈਂਟ ਪੀਆਰ ਕੀਤੇ ਗਏ ਸੋ ਔਨ ਟ੍ਰੈਕ ਆ ਕਿ ਅਸੀਂ 4 ਲੱਖ ਐਸੋ ਕਰਾਂਗੇ ਉਹਨੂੰ ਪ੍ਰੋਸੈਸ ਨੂੰ ਪਰ ਥੋੜਾ ਜਿਹਾ ਪੇਸ਼ੈਂਸ ਰੱਖਣਾ ਪੈਣਾ ਹੈ ਤਾਂ ਕਿ ਸਾਨੂੰ ਉਹ ਫਾਇਲਾ ਐਡਮਿਨਿਸਟਰ ਕਰਨ ਨੂੰ ਫਰਫਿਲ ਕਰਨ ਵਾਸਤੇ ਹੋ ਜਾਵੇ ਜੰਤ ਵਿੱਚ ਕਿਸੇ ਮੁੱਦੇ ਤੇ ਮੇ ਕਿੰਨਾ ਟੈਗ ਹੈ ਤੁਸੀਂ ਖੁਦ ਦੱਸਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਕੋਵਿਡ ਜਿਹੜਾ ਹੈ ਇਸ ਵੇਲੇ ਫੇਰ ਵੱਧ ਰਿਹਾ ਸੀ ਕੇ ਵਾਰੀ ਸੋਚਦੇ ਕਿ ਵੈਕਸੀਨ ਆ ਰਹੀਆਂ ਸਾਨੂੰ ਜਰੂਰ ਖਿਆਲ ਰੱਖਣਾ ਚਾਹੀਦਾ ਸੇਫ ਰਹਿਣਾ ਚਾਹੀਦਾ ਸਾਨੂੰ ਰੈਸਟੋਰੈਂਟ ਅਜ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਨਹੀਂ ਨਜ਼ਰ ਜਾਣਾ ਚਾਹੀਦਾ ਆਪਣੇ ਘਰ ਚ ਪੂਜਾ ਜਪਾਟ ਕਰ ਲੋ ਔਰ ਆਪਾਂ ਜਿੰਨੀ ਇੰਟਰੈਕਸ਼ਨ ਸੋਸ਼ਲ ਇੰਟਰੈਕਸ਼ਨ ਘੱਟ ਸਕ ਘਟਾ ਸਕਦੇ ਆ ਉਹਨਾਂ ਕਰੀਏ ਤਾਂ ਕਿ ਸਪਾਈਕ ਨਾ ਹੋਵੇ ਜਿਹੜਾ ਨਵਾਂ ਵੈਰੀਐਂਟ ਆ ਉਹ ਹੋਰ ਵੀ ਡੇਂਜਰਸ ਆ ਇਸ ਕਰਕੇ ਸਾਨੂੰ ਹੋਰ ਵੀ ਵਿਚਾਰ ਰੱਖਣਾ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਗੱਲਬਾਤ ਕਰਨ ਦੇ ਲਈ ਤੇ ਆਪਣਾ ਸਮਾਂ ਕੱਢ ਕੇ ਜਾਣ ਕਰਦੇ ਮਿਹਰਬਾਨੀ ਤੁਹਾਡੀ ਹੋਰ ਤੁਹਾਡੇ ਸਾਰੇ ਸਰੋਤਿਆਂ ਨੂੰ ਜਿਵੇਂ ਕਿ ਤੁਸੀਂ ਸੁਣਿਆ ਕਿ ਐਮਪੀ ਰਣਦੀਪ ਸਰਾਏ ਦੇ ਵੱਲੋਂ ਵੱਖ-ਵੱਖਰੇ ਮੁੱਦਿਆਂ ਦੇ ਉੱਤੇ ਜਵਾਬ ਦਿੱਤੇ ਗਏ ਨੇ ਤੇ ਵੱਖ-ਵੱਖਰੇ ਸਵਾਲਾਂ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਮਦਦਗਾਰ ਸਾਬਤ ਹੋਵੇਗੀ ਇਸ ਲਈ ਮੈਨੂੰ ਤੇ ਇਜਾਜ਼ਤ ਸੱਚਾ ਕਾਲ